ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਪ੍ਰੀਤ ਯਾਲੀ ਜੀ ਨੂੰ ਵਧਾਈ ਦੇਣਾ ਚਾਹੁੰਦਾ ਤੇ ਸਾਰੇ ਵਰਕਰਾਂ ਨੂੰ ਤੇ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਕਿ ਤੁਸੀਂ ਬਹੁਤ ਵੱਡਾ ਇਕੱਠ ਕੀਤਾ। ਜੰਗ ਲੱਗਣ ਤੋਂ ਪਹਿਲੇ ਜੇ ਦੁਸ਼ਮਣ ਨੂੰ ਵਿਰੋਧੀਆਂ ਦੀ ਤਾਕਤ ਦਾ ਪਤਾ ਲੱਗ ਜੇ, ਅੱਧੀ ਜੰਗ ਤੋਂ ਉੱਥੋਂ ਹੀ ਪਤਾ ਲੱਗ ਜਿੱਤ ਜਾਂਦੇ ਆ। 2.5 ਸਾਲ ਹੋ ਗਏ ਇੱਕ ਪੰਜਾਬ 'ਚ ਇੱਕ ਸਰਕਾਰ ਆਈ ਨੇ। ਕਿਤੇ ਵੀ ਚਲੇ ਜਾਓ ਪੰਜਾਬ 'ਚ ਲੱਗਦਾ ਹੀ ਨਹੀਂ ਕਿ ਸਰਕਾਰ ਹੈਗੀ। ਮੈਂ ਅਕਾਲੀ ਵਰਕਰਾਂ ਦੀ ਗੱਲ ਹੈ, ਕਿਸੇ ਕਾਂਗਰਸੀ ਨੂੰ ਪੁੱਛ ਲਓ ਕਿ ਸਰਕਾਰ ਤੁਹਾਡੀ ਹੈ, ਕਹਿੰਦੇ ਨਹੀਂ ਸਾਡੀ ਨਹੀਂ ਹੈ। ਸਰਕਾਰ ਬਣਾਉਣ ਵਾਲੇ ਵੀ ਤੁਸੀਂ ਹੋ ਤੇ ਲਾਉਣ ਵਾਲੇ ਵੀ ਤੁਸੀਂ ਹੋ, ਆ ਤਾਕਤ ਤੁਹਾਡੇ ਹੱਥ 'ਚ। ਜਦੋਂ ਆਪਾਂ ਰਿਸ਼ਤਾ ਕਰਨ ਜਾਂਦੇ ਹਾਂ, ਕਿਸੇ ਪਰਿਵਾਰ ਨਾਲ ਰਿਸ਼ਤਾ ਕਰਨ ਜਾਂਦੇ ਹਾਂ, ਆਪਾਂ ਉਸ ਪਰਿਵਾਰ ਦਾ ਪਿਛੋਕੜ ਦੇਖਦੇ ਹਾਂ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਆਹ ਜਿਹੜੇ ਫੈਸਲੇ ਹੁੰਦੇ ਆ ਸਰਕਾਰ ਬਣਾਉਣ ਦੇ, ਆਹ ਬੜੇ ਅਹਿਮ ਫੈਸਲੇ ਹੁੰਦੇ ਆ, ਕੋਈ ਮਾਮੂਲੀ ਫੈਸਲੇ ਨਹੀਂ ਹੁੰਦੇ, ਕਿਉਂਕਿ ਤੁਹਾਡੀ ਕਿਸਮਤ ਇਹਦੇ 'ਤੇ ਨਿਰਭਰ ਹੁੰਦੀ ਹੈ। ਗਰੀਬ ਕਿਸਾਨ ਮਜ਼ਦੂਰ ਦੀ ਕਿਸਮਤ ਨਿਰਭਰ ਹੁੰਦੀ ਹੈ, ਸੂਬੇ ਦੀ ਕਿਸਮਤ ਨਿਰਭਰ ਹੁੰਦੀ ਹੈ। ਜੇ ਗਲਤ ਫੈਸਲੇ ਕਰ ਲਈਏ ਫਿਰ ਪਛਤਾਉਣੇ ਆ। 5 ਸਾਲ ਜ਼ਿੰਦਗੀ ਦੇ ਬਰਬਾਦ ਹੋ ਜਾਂਦੇ ਆ, 5 ਸਾਲ। ਕਾਂਗਰਸ ਦਾ ਪਿਛੋਕੜ ਤਾਂ ਸਾਰਿਆਂ ਨੂੰ ਪਤਾ ਹੀ ਹੈ। ਤੁਸੀਂ ਜਿੰਨੇ ਵੀ ਇੱਥੇ ਬੈਠੇ ਹੋ, ਬਜ਼ੁਰਗ ਵੀ ਬੈਠੇ ਹੋ, ਨੌਜਵਾਨ ਵੀ ਬੈਠੇ ਹੋ, ਪਿਛਲੇ 40-50 ਸਾਲ ਦਾ ਤੁਸੀਂ ਇਤਿਹਾਸ ਵੀ ਦੇਖਿਆ, ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਦੇਖੀਆਂ ਤੇ ਕਾਂਗਰਸ ਦੀ ਸਰਕਾਰਾਂ ਵੀ ਦੇਖੀਆਂ। ਮੈਂ ਕਹਿੰਦਾ ਘਰੇ ਜਾ ਕੇ ਤੁਸੀਂ ਕਾਗਜ਼ ਪੈਨਸਲ ਲੈ ਲਿਓ, ਆਪਣੇ ਪਿੰਡ 'ਚ ਦੇਖੋ ਕਿਹੜੀ ਕਿਹੜੀ ਗੱਲ, ਕਿਹੜੀ ਕਿਹੜੀ ਚੀਜ਼ ਕਿਹਦੀ ਸਰਕਾਰ ਦੇ ਦੌਰਾਨ ਬਣੀ ਹੈ। ਤੁਸੀਂ ਦੇਖੋਗੇ 90-95% ਚੀਜ਼ਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੀ ਬਣੀਆਂ, ਕਾਂਗਰਸ ਦੇ ਸਰਕਾਰ 'ਚ ਨਹੀਂ ਬਣੀਆਂ। ਪਿਛਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਿਹਾ, ਤੁਹਾਨੂੰ ਯਾਦ ਨਹੀਂ ਹੋਣਾ ਇੱਕ ਵੀ ਚੀਜ਼ ਜਿਹੜੇ ਕੈਪਟਨ ਨੇ ਪਿਛਲੇ 5 ਸਾਲ ਜਦੋਂ ਮੁੱਖ ਮੰਤਰੀ ਸੀ 2002 ਤੋਂ 2007 ਜਿਹੜੀ ਉਹਨੇ ਕੀਤੀ ਹੋਣੀ ਆ, ਦਿੱਤੀ ਹੋਣੀ ਹੈ। ਹੁਣ 2.5 ਸਾਲ ਪੂਰੇ ਹੋ ਗਏ, 2.5 ਸਾਲਾਂ ਤੁਸੀਂ ਇੱਕ ਨਿਸ਼ਾਨੀ ਕੈਪਟਨ ਨਿਧੀ ਨਹੀਂ ਦੱਸ ਸਕਦੇ ਕਿ ਆਹ ਨਵੀਂ ਸਕੀਮ ਲਿਆਂਦੀ ਆ, ਨਵੀਂ ਚੀਜ਼ ਉਹਨੇ ਦਿੱਤੀ ਹੈ, ਆਹ ਨਵੀਂ ਕੋਈ ਪੁਲ ਬਣਾਇਆ, ਕੋਈ ਸੜਕ ਬਣਾਈ ਹੈ। ਜਿੱਥੇ ਛੱਡ ਕੇ ਗਏ ਸੀ ਉੱਥੇ ਹੀ ਕੰਮ ਬੰਦ ਹੈ। ਕਈ ਚੀਜ਼ਾਂ ਜਿਹੜੀਆਂ ਬਹੁਤ ਵਧੀਆ ਚੀਜ਼ਾਂ ਬਣਾਈਆਂ ਸੀ, ਜਨਤਾ ਦੀ ਸੇਵਾ ਵਾਸਤੇ ਬਣਾਈਆਂ ਸੀ, ਜਨਤਾ ਦੀ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਬਣਾਈਆਂ ਸੀ, ਕੈਪਟਨ ਨੇ ਤਾਂ ਉਹ ਵੀ ਬੰਦ ਕਰ ਦਿੱਤੀਆਂ। ਮੈਂ ਉਦਾਹਰਣ ਦੇਣਾ ਚਾਹੁੰਦਾ ਸੇਵਾ ਕੇਂਦਰ ਦਾ। ਆਪਾਂ ਪਿੰਡਾਂ ਸੇਵਾ ਕੇਂਦਰ ਖੋਲ੍ਹੇ, ਮਕਸਦ ਕੀ ਸੀ? ਕਿ ਤੁਸੀਂ ਕੋਈ ਕੰਮ ਕਰਾਉਣਾ ਹੋਏ DC ਕੋਲੇ ਜਾਣ ਦੀ ਲੋੜ ਨਹੀਂ, SDM ਦਫ਼ਤਰ ਜਾਣ ਦੀ ਲੋੜ ਨਹੀਂ, BDO ਕੋਲੇ ਜਾਣ ਦੀ ਨਹੀਂ ਲੋੜ ਨਹੀਂ, ਤੁਸੀਂ ਆਪਣੇ ਪਿੰਡ ਦੇ ਸੇਵਾ ਕੇਂਦਰ ਜਾਓ, ਸਾਰੀਆਂ ਚੀਜ਼ਾਂ ਉੱਥੇ ਹੀ ਹੱਲ ਹੋ ਜਾਂਦੀਆਂ ਸੀ। ਕੈਪਟਨ ਨੇ ਬੰਦ ਕਰਦਾ, ਕਹਿੰਦਾ ਕੈਪਟਨ ਖਰਚਾ ਬੜਾ। ਮੁੱਖ ਮੰਤਰੀ ਜੀ, ਆ ਪੰਜਾਬ ਦਾ ਖਜ਼ਾਨਾ ਜਨਤਾ ਵਾਸਤੇ ਹੁੰਦਾ, ਉਹਨਾਂ ਦੇ ਐਸ਼ਰਾਮ ਵਾਸਤੇ ਨਹੀਂ। ਆ ਮੁੱਖ ਮੰਤਰੀ ਲੈਣ ਦੇ ਲਾਇਕ ਨਹੀਂ ਜਿਹੜਾ ਜਨਤਾ 'ਚ ਨਹੀਂ ਆਉਂਦਾ। ਆਪਾਂ ਨੁਮਾਇੰਦੇ ਚੁਣਦੇ ਕਿਸ ਵਾਸਤੇ ਹੈ? ਆਪਾਂ MLA ਚੁਣਦੇ ਹਾਂ ਕਿ ਸਾਡੇ MLA ਇਲਾਕੇ ਦਾ MLA ਸਾਨੂੰ ਜਦੋਂ ਲੋੜ ਪਏ ਅਸੀਂ ਜਾ ਕੇ ਮਿਲ ਸਕੀਏ, ਉਹਦੀ ਬਾਂਹ ਫੜ ਸਕੀਏ, ਆਪਣੇ ਇਲਾਕੇ ਦਾ ਕੰਮ ਕਰਾ ਸਕੀਏ। ਬੱਚੇ MLA ਮਿਲਣਾ ਹੀ ਨਹੀਂ ਤੇ ਫਿਰ ਵੋਟ ਪਾ ਕੇ ਉਹਨੂੰ ਆਪਾਂ ਕੀ ਲੈਣਾ ਉਹਦਾ। ਹੁਣ ਮੁੱਖ ਮੰਤਰੀ, ਮੈਂ ਕਹਿੰਦਾ ਤੁਸੀਂ ਯਾਦ ਨਹੀਂ ਕਰ ਸਕਦੇ ਕਦੋਂ ਮੁੱਖ ਮੰਤਰੀ ਨੂੰ ਆਪਾਂ
ਡਾਕੇ ਹਲਕੇ 'ਚ ਦੇਖਿਆ ਕੈਪਟਨ ਨੂੰ, ਮੈਂ ਲੜਾਇਆ ਹੀ ਨਹੀਂ ਹੋਣਾ। ਲੁਧਿਆਣਾ ਜਿਹੜਾ ਆਪਣਾ ਪੰਜਾਬ ਦਾ ਦਿਲ ਹੈ, ਇੰਡਸਟਰੀ ਦਾ ਦਿਲ ਹੈ, ਇੱਕ ਵਾਰ ਵੀ ਕੈਪਟਨ ਨੇ 2.5 ਸਾਲ ਨਾਲ ਪੰਜਾਬ ਦੀ ਇੰਡਸਟਰੀ ਨਾਲ ਗੱਲ ਨਹੀਂ ਕੀਤੀ। ਇਹ ਲੁਧਿਆਣੇ ਆ ਕੇ ਮਿਲਿਆ ਵੀ ਨਹੀਂ ਇੰਡਸਟਰੀ ਨੂੰ। ਦੇਖੋ ਆਹ ਹਾਲਤ ਹੈ, ਜਿਹੜੇ ਮੁਲਾਜ਼ਮ ਧਰਨਾ ਦੇ ਦੇ ਕੇ ਥੱਕ ਜਾਂਦੇ ਹੈ ਪਰ ਆ ਉਹਨਾਂ ਨੂੰ ਮਿਲਦਾ ਨਹੀਂ। ਮੇਰੇ ਕੋਲੇ ਮੁਲਾਜ਼ਮ ਆਏ, ਕਈ ਕਹਿੰਦੇ ਸਾਡੀ ਬਾਂਹ ਫੜੋ, ਸਾਡੀ ਗੱਲ ਚੱਕੋ। ਮੈਨੂੰ ਕਹਿਣ ਲੱਗੇ, ਮੈਂ ਉਹਨਾਂ ਨੂੰ ਸਵਾਲ ਪੁੱਛਿਆ, ਮੈਂ ਕਿਹਾ ਸਾਡੇ ਟਾਈਮ ਤੁਸੀਂ ਧਰਨਾ ਘੱਟ ਦਿੰਦੇ ਸੀ, ਮਿੰਟਾਂ 'ਚ ਤੁਸੀਂ ਟੈਂਕੀ 'ਤੇ ਚੜ੍ਹ ਜਾਂਦੇ ਸੀ, ਅਤੇ ਬਾਦਲ ਸਾਹਿਬ ਦਾ ਕੋਈ ਧਰਨਾ ਪਤਾ ਹੀ ਲੱਗਦਾ ਸੀ ਕਿ ਧਰਨਾ ਲਾਉਣਾ, ਪਹਿਲਾਂ ਹੀ ਬੁਲਾ ਲੈਂਦੇ ਸੀ। ਮੈਂ ਕਿਹਾ ਤੁਸੀਂ ਵੀ ਟੈਂਕੀ ਚੜ੍ਹ ਕੇ ਦੇਖੋ। ਕਹਿੰਦੇ ਬਾਦਲ ਸਾਹਿਬ ਦਾ ਤਾਰ ਲੈਂਦੇ ਸੀ, ਇਹ ਕੈਪਟਨ ਨੇ ਤਾਰਨਾ ਹੀ ਨਹੀਂ ਥੱਲੇ। ਸਾਨੂੰ ਜਿਹੜੇ ਕੈਪਟਨ ਨੇ ਪਰਵਾਹ ਹੀ ਨਹੀਂ, ਜਿਉਂਦੇ ਹੋ ਮਰਦੇ ਹੋ ਕੋਈ ਪਰਵਾਹ ਨਹੀਂ, ਇਹਦਾ ਮੁੱਖ ਮੰਤਰੀ ਲੈਣਾ ਕੀ ਹੈ। ਮਜੀਠੀਆ ਸਾਹਿਬ ਨੇ ਮੇਰੇ ਤੋਂ ਪਹਿਲੇ ਦੱਸ ਹੀ ਦਿੱਤਾ ਕਿ ਸਾਰਾ ਕੁਛ ਹੀ ਬੰਦ ਕਰ ਦਿੱਤਾ। ਬਾਦਲ ਸਾਹਿਬ ਦੀ ਸਿਆਸੀ ਜੀਵਨ ਦੇਖੋ, ਸਾਰੀ ਜ਼ਿੰਦਗੀ ਉਹਨਾਂ ਨੇ ਜਨਤਾ 'ਚ ਲਾ ਦਿੱਤੀ, ਗਰੀਬ ਕਿਸਾਨ ਮਜ਼ਦੂਰ ਦੀ ਭਲਾਈ ਵਾਸਤੇ ਲਾਈ। ਮੈਨੂੰ ਲੱਗਦਾ ਕੋਈ ਪਿੰਡ ਨਹੀਂ ਹੋਣਾ ਜਿੱਥੇ ਉਹ ਆਪ ਨਹੀਂ ਜਾਂਦੇ ਸੀ, ਸੰਗਤ ਦਰਸ਼ਨ ਕਰਦੇ ਸੀ, ਲੋਕਾਂ ਦੀਆਂ ਤਕਲੀਫਾਂ ਹੱਲ ਕਰਦੀਆਂ। ਅੱਜ ਜੇ ਪੰਜਾਬ ਤਰੱਕੀ 'ਚ ਹੋਇਆ, ਆ ਸਾਰੀ ਗੱਲ ਬਾਦਲ ਸਾਹਿਬ ਕਰਕੇ ਹੋਈ ਹੈ। ਅੱਜ ਜੇ ਬਿਜਲੀ ਆਮੋ ਆਮ, ਕੋਈ ਸੋਚ ਨਹੀਂ ਸਕਦਾ ਸੀ ਕਿ ਆਪਣੇ ਸੂਬੇ 'ਚ ਬਿਜਲੀ ਆਮੋ ਆਮ ਹੋਊਗੀ, ਕਦੇ ਕਿਵੇਂ ਹੋਊਗੀ, ਅਤੇ ਅਸੀਂ ਆਪਣੇ 10 ਸਾਲਾਂ 'ਚ ਪੂਰੀ ਆਮੋ ਆਮ ਕਰ ਦਿੱਤੀ। ਆ ਜਿਹੜੀਆਂ ਸੜਕਾਂ 'ਚ ਯਾਦ ਕਰੋ, ਜਦੋਂ ਮੋਗੇ ਤੋਂ ਤੁਸੀਂ ਲੁਧਿਆਣੇ ਜਾਂਦੇ ਸੀ, ਰੋਜ਼ ਐਕਸੀਡੈਂਟ ਹੁੰਦੇ ਸੀ, ਸਿੰਗਲ ਸੜਕ ਸੀ, ਕਿੰਨਾ ਟ੍ਰੈਫਿਕ ਸੀ। ਮੈਂ ਤੁਹਾਡੇ ਨਾਲ ਵਾਅਦਾ ਕੀਤਾ ਕਿ ਜਿੰਨੇ ਵੀ ਆਪਣੇ ਜ਼ਿਲ੍ਹੇ ਹੈਡਕੁਆਟਰ ਹੈ, ਸਾਰਿਆਂ ਨੂੰ ਚੰਡੀਗੜ੍ਹ ਨਾਲ 4 ਤੇ 6 ਲੈਣੀਆਂ ਚੌੜੀਆਂ ਸੜਕਾਂ ਨਾਲ ਜੋੜ ਦਾਂਗੇ। ਉਦੋਂ ਕਾਂਗਰਸੀ ਕਹਿੰਦੇ ਸੀ ਐਵੇਂ ਗੱਲ ਕਰਦੇ, ਕਿਵੇਂ ਜੋੜਨਗੇ, ਇੰਨਾ ਪੈਸਾ ਕਿੱਥੋਂ ਆਊਗਾ। ਅੱਜ ਦੇਖੋ ਕਿਹੋ ਜਿਹੀਆਂ ਸੜਕਾਂ ਬਣਾਤੀਆਂ, ਕਿੰਨੀਆਂ ਜਾਨਾਂ ਬਚ ਗਈਆਂ, ਕਿੰਨਾ ਨੁਕਸਾਨ ਹੋਣ ਤੋਂ ਬਚ ਗਿਆ। ਪਰ ਆਹ ਤਾਂ ਸੋਚ ਕਾਂਗਰਸ ਦੀ ਨਹੀਂ ਹੈ, ਕੈਪਟਨ ਦੀ ਨਹੀਂ ਹੈ। ਛੋਟੀ ਤੋਂ ਛੋਟੀ ਚੀਜ਼ ਤੁਸੀਂ ਦੇਖੋਗੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ। ਆ ਜਿਹੜੇ ਬਜ਼ੁਰਗਾਂ ਨੂੰ ਪਹਿਲੇ ਕਿਤੇ ਪੈਨਸ਼ਨ ਨਹੀਂ ਹੁੰਦੀ ਸੀ ਹਿੰਦੁਸਤਾਨ 'ਚ, ਪਹਿਲੀ ਵਾਰ ਹਿੰਦੁਸਤਾਨ 'ਚ ਬਜ਼ੁਰਗਾਂ ਨੂੰ ਪੈਨਸ਼ਨ ਮਿਲਣ ਲੱਗੀ, ਉਹ ਬਾਦਲ ਸਾਹਿਬ ਨੇ ਆਪਣੀ ਪਹਿਲੀ ਵਾਰ ਮੁੱਖ ਮੰਤਰੀ ਬਣੇ ਉਦੋਂ ਦੇਣੀ ਸ਼ੁਰੂ ਕੀਤੀ ਸੀ। ਉਹਦੇ ਬਾਅਦ ਹੁਣ ਦੂਜੇ ਸਾਰੇ ਸੂਬੇ ਦੇਣ ਲੱਗ ਗਏ। ਆ ਸ਼ਗਨ ਸਕੀਮ ਤੇ ਦੂਜੀਆਂ ਸਕੀਮਾਂ ਸਾਰੀਆਂ ਹੀ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ। ਕੈਪਟਨ ਜਾਂ ਕਾਂਗਰਸ ਦੀ ਇੱਕ ਨਿਸ਼ਾਨੀ ਨਹੀਂ ਯਾਦ ਕਰ ਸਕਦੇ ਕਿ ਆਹ ਚੀਜ਼ ਕੈਪਟਨ ਨੇ ਦਿੱਤੀ ਹੈ, ਨਵੀਂ ਚੀਜ਼ ਕੁਝ ਕੈਪਟਨ ਨੇ ਦਿੱਤੀ ਹੈ। ਆਪਣੀਆਂ ਚੀਜ਼ਾਂ ਜਿਹੜੀਆਂ ਚਲਾਈਆਂ ਸੀ ਉਹਨਾਂ ਨੂੰ ਅੱਗੇ ਲਈ ਜਾਂਦੇ ਹੈ, ਅੱਧੀਆਂ ਤਾਂ ਉਹਨਾਂ ਨੇ ਕੰਮ ਕਰਤੀਆਂ। ਸੋ ਤੁਸੀਂ ਅੱਜ ਤੁਹਾਡੇ ਭਾਰੀ ਇਕੱਠ ਹੈ, ਹੁਣ ਫੈਸਲਾ ਲੈਣ ਦਾ ਟਾਈਮ ਆ ਗਿਆ। ਇੰਨਾ ਕਾਂਗਰਸ ਦੇ ਜ਼ੁਲਮ ਸਹਿਣ ਦੇ ਮੁਕਾਬਲੇ ਆਪਾਂ ਨਾਲ ਲੜ ਕੇ ਦੇਖਣ ਦਾ ਟਾਈਮ ਆ ਗਿਆ। ਪਿਛਲੇ 2.5 ਸਾਲਾਂ 'ਚ ਇਹਨਾਂ ਨੇ ਕੋਸ਼ਿਸ਼ ਕੀਤੀ ਝੂਠੇ ਪਰਚੇ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਡਰਾਉਣ ਦੀ, ਧਮਕਾਉਣ ਦੀ। ਤੁਸੀਂ ਇੱਧਰ ਜਾ ਕੇ ਦੇਖੋ, ਸਾਰੇ ਹਲਕਿਆਂ 'ਚ ਮੈਨੂੰ ਟੈਲੀਫੋਨ ਆਉਂਦੇ ਆ, ਕਿਵੇਂ ਝੂਠੇ ਪਰਚੇ ਬਣਾ ਬਣਾ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ। ਮੈਂ ਅਫਸਰ ਸਾਹਿਬਾਨ ਨੂੰ ਮੈਂ ਕਹਿ ਦਿੱਤਾ, ਮੈਂ ਉਹਨਾਂ ਨੂੰ ਅੱਜ ਵੀ ਕਹੂੰਗਾ, ਜਿਹੜਾ ਅਫਸਰ ਝੂਠਾ ਪਰਚਾ ਦਊਗਾ ਉਹ ਬਖਸ਼ਿਆ ਨਹੀਂ ਜਾਊਗਾ। ਮੈਂ ਤੁਹਾਨੂੰ ਇੰਨਾ ਦੱਸ ਦਿੰਦਾ, ਜਿਹੜਾ ਝੂਠਾ ਪਰਚਾ ਦਊਗਾ ਸਰਕਾਰ ਆਉਣ ਦੇ ਪਹਿਲੇ ਹੀ ਮਹੀਨੇ ਉਹਨੂੰ ਨੌਕਰੀ 'ਚੋਂ ਕੱਢ ਦਿੱਤਾ ਜਾਊਗਾ, ਡਿਸਮਿਸ ਜਾਊਗਾ, ਅਤੇ ਉਸੇ ਜੇਲ੍ਹ ਥਾਣੇ 'ਚ ਉਹਨੂੰ ਅੰਦਰ ਕੀਤਾ ਜਾਊਗਾ ਜਿੱਥੇ ਉਹਨੇ ਝੂਠਾ ਪਰਚਾ ਦਿੱਤਾ। ਝੂਠਾ ਪਰਚਾ ਦੇਣਾ ਗੁਨਾਹ ਹੈ, ਇਹਨਾਂ ਨੂੰ ਪਤਾ ਹੋਣਾ ਚਾਹੀਦਾ, ਓਡਾ ਹੀ ਵੱਡਾ ਗੁਨਾਹ। ਜੇ ਗੁਨਾਹ ਕਰਦਾ ਇਹਦਾ ਮਤਲਬ ਅਫਸਰ ਗੁਨਾਹ ਕਰਕੇ ਬਚ ਨਹੀਂ ਸਕਦੇ।
आज पूरे देश की माहौल है। देखो पूरे देश में कांग्रेस का सफाया हो गया, टावी टावी जगह रह गई जिथे कांग्रेस का झंडा दिखता है। ओही कांग्रेस 40 साल पहले हर सूबे च उहदा राज सी, हुण मैं लगता अपना ही सूबा खीरला रह गया। ते खालसा जी आपां भुल सकते हैं जो कांग्रेस ने कीता, जो कांग्रेस ने अपने नाल कीता कौम ना कीता वो कोई बर्दाश्त नहीं कर सकता। जिहड़ा कांग्रेस पार्टी कैप्टन अमरिंदर सिंह सिखी की गल करता है, सिख कौम की गल करता है, पूछना चाहिए तू पार्टी केड़ी च है। जिहड़ी पार्टी टैंकां तो बड़ा दरबार साहब से हमला कर सकती है, हजारा अपने सिख भरावां नूं मार सकती है, हजारा गुरु घरां नूं अग लग सकती है, वो सिखी की गल कर सकती है? आ तां सारे बैठे है कल्ली सरकार बनाउण वास्ते। जिवें मजीठिया साहब ने कहा गुड़का साहब की सौं खा के जिहड़ा मुकर सकता है ये तो घटिया इंसान कोई नहीं हो सकता। उन्हें तो दा लाउणा सी श्रोमणी अकाली दल के खिलाफ झूठा प्रचार करना सी। उदों कहिंदे सी कि श्रोमणी अकाली दल के टाइम अकाली दल के लीडर वर्कर नशे बगाउंदे है। हुण तां उन्हां दी सरकार है, उन्हां दी पुलिस है। दसो एक अकाली लीडर नूं तुसीं हाथ पाया फड़िया या थोड़ी निगाह च है? जे है तां फड़ के अंदर करो कि हुण क्योंकि सरकार बन गई झूठ उन्हां दा चल गया। उवें अपने श्रोमणी अकाली दल के खिलाफ बेअदबी का झूठा प्रचार कर दिता। या कोई सिख सच्चा सिख कोई बेअदबी कर सकता है? तुसीं अकाली वर्कर हो, मैं भी अकाली वर्कर हां, कि तुसीं बेअदबी कर सकते हो? थोड़ी पार्टी नूं झूठा प्रचार दे करके झूठा कवर करके ते कहिंदे किहड़े ने ओ लोग जिहड़े कांग्रेस दे एजेंट है। जदों कांग्रेस ने उन्हां नूं कहा बरगाड़ी जाके धरना दे दिओ बह गए, जदों उन्हां नूं कहा हुण उठ खड़ो मिन च उठ खड़े। कितें गल कीती उन्हां ने? उहदे बाद आपां नूं पछाणना चाहीदा है। हुण इन्ने साल आपां हो गए है, अपने इन्ने साल पंजाब की सियासत देख ली, तुसीं लीडर पछाण लिया है? जे हुण भी नहीं पछावांगे चंगे ते माड़े इंसान का फर्क, फिर पछताउणा पैना ही पैना। जे हुण नहीं पछताओ पता करोगे कि केड़ी पार्टी काम करने वाली है, केड़ी पार्टी थोड़ी बांह फड़न वाली है, केड़ी पार्टी ने किन्ने काम किए है। जे चंगे ते माड़े फर्क नहीं रखोगे चंगे बंदे भी ढिले हो जाते हैं। श्रोमणी अकाली दल थोड़ी मां पार्टी है, कोई सुखबीर सिंह बादल की जायदाद नहीं या मनप्रीत याली की जायदाद नहीं। अज मैनू सेवा का मौका दिता, कल कोई होर होगा। श्रोमणी अकाली दल पंजाब की आवाज है, कौम की आवाज है। जे श्रोमणी अकाली दल तकड़ा मैं कहना कौम तकड़ी है, पंजाब अगे गल कर सकती है। तुसीं कहने पंजाब की आवाज कांग्रेस बन सकती है? क्योंकि जे सोनिया गांधी कहूगी इन्हों चुप कर जाओ मिन चुप कर जाएंगे, पंजाब वास्ते लड़ाई नहीं लड़नगे। तुसीं देखिया होना आ जिहड़ी एसवाईएल कनाल पंजाब दा पानी किने कढ़िया सी? कांग्रेस ने कढ़िया सी उदों इंदिरा गांधी दे हुक्म ते आ नहर कढ़ी गई सी। आई कैप्टन अमरिंदर सिंह ने इश्तिहार ला के उठे स्वागत किया सी, चांदी दी कई दे पत्थर लेके गए सी टक लाउण वास्ते। ते हुण कहिंदे पाणियां दी गल, मैनूं बड़ा दुख लग्गिया पिछे जे कैप्टन का बयान आया कि साडा हरियाणे नाल जिहड़ा एसवाईएल का पानी के चक्कर चल रहा, कहिंदा फैसला हो रहा। मैं कैप्टन साहब दसना चाहना पंजाब कोले कोई पानी नहीं, थोड़ा कोई हक नहीं ऐ जा फैसला करन दा जिहदे नाल पंजाब का पानी एक बूंद भी चले जाए। पंजाब दी लोग एक बूंद पानी का पार नहीं जान देंगे, भावें जिनी मर्जी कान प्रवानी देनी पे। अज आप सारे इकट्ठे हुए हैं, आप जी सारे पता ही है
بائی الیکشن آ گیا، آج یا کل یا پرسوں اعلان ہو جانا ہے۔ آ ایک موقع ہے آ ستے ہوئے کیپٹن جگاؤن دا، آ موقع ہے انہاں نوں ہلاؤن دا۔ آ تا سوچی بیٹھی ہے 2.5 سال ہلے پئے ہے، انہاں نوں پتہ نہیں منٹاں وچ 2.5 سال ٹپ بھی گئے ہے۔ ہن تاں کلیاں دو گرمیاں رہ گئیاں تے دو سردیاں رہ گئیاں، سرکار تھوڑی بن جانی ہے۔ تے جے تسی ہن جڑے داکھا دا تے 4 بائی الیکشن آ رہے ہیں، اپاں چارے تے چارے جت جانے ہیں، جو جتاں گے بھی تسی دیکھو کیویں ہوش اڑ دے انہاں دے، شاید تھوڑا موٹا کم کرن بھی لگ جان، جڑیاں چیزاں روکیاں شاید دین لگ جان۔ جے انہاں دے حوصلے ہور بلند ہو گئے پھر تے انہاں نے کسے نوں کچھ سمجھنا ہی نہیں، ہلے کڑا کچھ سمجھ۔ آ موقع ہے، منپریت دیالی جی بڑے نیک انسان ہیں، داخے والے ہو تسی خوش قسمت ہو، تھنوں اے جا ودیا نمائندہ منپریت دیالی جی سیوا کرن واسطے تھنوں ملیا ہے۔ دیکھو ٹکشن سود جی نے بھی گل کی تھی، سارے پنجاب دے لوگ جدو اپنی سرکار سی گل کرتے سی جی، جویں منپریت دیالی جی نے چھپڑا دا صفائی کی تھی ہے اوویں ساڈے کرا کے دیو، جویں منپریت دیالی نے اپنے حلقے چ پارک بنائے ہے اوویں ساڈے بنا کے دیو، جویں منپریت دیالی نے ٹیڑیاں بنائے ہے اوویں ساڈے بنا کے دیکھو۔ میں ایک بہت ایم ایل اے چنے جاندے ہیں، بہت منتری بن جاندے ہیں، پر میں ایک گل دسا میری زندگی وچ جے کسے ایم ایل اے تے میں آپ نجی خوش ہوئے ہیں، بادل صاحب بڑے خوش ہوئے ہیں جنہوں نے اصلی محنت کیتی ہے لگا کر کے، تے میرے تے بادل صاحب نہ لڑ لڑ کے پیسے لیتے ہیں، وہ منپریت دیالی سی۔ میں کہنا چاہنا بڑا قابل انسان ہے، کئی چیزاں سانو پتہ ہی نہیں سی کیویں ہو سکدی ہیں، اس نوجوان نے اپنی قابلیت نال او چیزاں کرائی ہیں۔ اس کر کے داخے والے ہو اب بڑا ودیا موقع ہے، اس موقع جے تسی ہلا دوں گے کانگریس نو، میں تمہیں صحیح دساں سمجھ لیو سرکار تھوڑی اگلے دن تو ہی چل پی ہے۔ کسے ایک ہوا ہوندی ہے، ایک طوفان ہوندا ہے، طوفان شروع تسی کرنا ہے۔ اے مینوں پوری آس اج تک کٹ دے کے لوکاں دا پیار دے کے انی گرمی تسی بیٹھے ہو، آ ایک ثبوت ہے کہ تسی کیویں شرومنی اکالی دل نوں پیار کر دے ہو۔ سو میں کہنا طوفان تسی شروع کرو، اے حلقے تو طوفان شروع ہوئے تے 117 حلقے کانگریس دے جھنڈے اڑا کے لے جے، تے میں تھانوں اتنا کہنا چاہنا ہے سرکار تسی بنا دیو گے، تے میں اتنا کہنا چاہنا تسی دیکھو گے کیویں پنجاب دی ترقی ہوئی ہے۔ آ دا جڑا کم 10 سال کیتا سی، اسی گڈی بڑی سپیڈ تے پھڑی سی پر بریکاں تسی لا دتیاں۔ میں بینتی کرنا ہے، باقی تا گلاں دساں گے پر ایک گل میں تھانوں ضرور دسنا چاہوں گا، جڑی اسی سوچیا کہ اگلی سرکار کرنا ہی کرنا ہے۔ آ 11-12 ہزار پنڈ ہے پنجاب دے، سارے 11-12 ہزار پنڈاں وچ سیمنٹ دیا گلیاں، سیوریج سسٹم، لائٹاں تے پانی والا سسٹم شہر منگو او دتا جاؤ گا سارے 12-12 ہزار پنڈاں وچ۔ کوئی اوکھا کام نہیں ہے، کوئی اوکھا کام نہیں ہے، لیڈر دی تے مکھ منتری دی نیت جے ہے، سرکاراں کولے پیسے دی کمی نہیں ہوندی۔ جدو ساڈی سرکار سی اسی کدے نہیں کیا خزانہ خالی ہے، منپریت دیالی آندا سی منگدا سی 20 کروڑ روپے، اسی 25 کروڑ دے کے بھیجدے سی، پوچھ کے انہوں کام۔ مینوں لگدا تھوڑے حلقے وچ گھٹ تو گھٹ 200-300 کروڑ روپیہ ساری چیزاں لگیا ہونا ہے، جہاں پچھلے 2.5 سال میں لگتا 5 کروڑ بھی نہیں آیا ہونا۔ میں تو سرپنچ بیٹھے بےنتی کرنا ہے یار کانگریسیوں تو منگن کی بھی لوڑ نہیں، 2.5 سال کی کچھ ہوا، ود تو ود کی دے دیں گے، تھوڑا لکھ دے دیں گے، 2 لکھ مینوں دے دیں گے، سرکار لا دیو، اپنی سرکار بنا لو، پھر وڈیاں ٹرالیاں لیاواں گے، نوٹاں دی بوریاں لا لو جنی مرضی۔
ਕਰੋੜਾਂ ਰੁਪਏ ਦੀ ਗ੍ਰਾਂਟ ਆਊਗੀ, ਤੁਸੀਂ ਆਪ ਦੇਖੋਗੇ ਕਿਵੇਂ ਤਰੱਕੀ ਹੁੰਦੀ। ਤੋਂ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਮੈਂ ਸਾਰਿਆਂ ਨੂੰ, ਸਾਰੇ ਵਰਕਰਾਂ ਨੂੰ, ਲੁਧਿਆਣੇ ਜ਼ਿਲ੍ਹੇ ਦੇ ਵਰਕਰ ਹੀ ਬੈਠੇ ਹੈ ਕਿ ਆਪਾਂ ਕਮਰ ਕੱਸੀ ਕਰ ਲਓ, ਹੁਣ ਤੁਹਾਡੀ ਇਲੈਕਸ਼ਨ ਆ ਰਿਹਾ, ਇੱਕ ਇੱਕ ਪਿੰਡ ਜਾ ਕੇ, ਇੱਕ ਇੱਕ ਘਰ ਜਾ ਕੇ ਬਹਿ ਕੇ ਸਾਰਿਆਂ ਦੇ ਸਾਹਮਣੇ ਹੱਥ ਜੋੜ ਕੇ ਆਪਣੀ ਪਾਰਟੀ ਦੀ ਸਰਕਾਰ ਬਣਾਈਏ, ਬਣਾ ਤਾਂ ਬਣੂਗੀ। ਪਹਿਲੀ ਤੂਫਾਨ ਤੁਸੀਂ ਦਾਖਾ ਤੋਂ ਸ਼ੁਰੂ ਕਰਕੇ ਇੱਥੇ ਸੀਟ ਆਪਾਂ ਜਿੱਤੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਹੀ ਇਲਾਕਾ ਨਿਵਾਸੀਆਂ ਦਾ, ਸਾਰੀ ਸੰਗਤ ਦਾ, ਲੀਡਰ ਸਾਹਿਬਾਨ ਦਾ ਫੇਰ ਤਹਿ ਦਿਲ ਤੋਂ ਧੰਨਵਾਦ। ਸੁਖਵੀਰ ਸਿੰਘ ਬਾਦਲ ਜੀ ਦਾ ਧੰਨਵਾਦ, ਮਜੀਠੀਆ ਸਾਹਿਬ, ਸੂ ਸਾਹਿਬ, ਸਾਰੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ। ਹੁਣ ਸਨਮਾਨ ਕੀਤਾ ਜਾਊਗਾ ਜ਼ਿਲ੍ਹੇ ਦੀ ਲੀਡਰਸ਼ਿਪ ਵੱਲੋਂ ਬਾਦਲ ਸਾਹਿਬ, ਮਜੀਠੀਆ ਸਾਹਿਬ ਅਤੇ ਸੂ ਸਾਹਿਬ ਦਾ ਸਰੋਪੇ ਦੇ ਨਾਲ, ਆਪਣੇ ਲੋਹੀਆਂ ਦੇ ਨਾਲ ਉਹਨਾਂ ਸਨਮਾਨ ਕੀਤਾ ਜਾਊਗਾ।